ਕੁੱਤਾ ਪਿਆ ਸੀਗਾ ਤੇ ਬਹੁਤ ਖੜਾਕਾ ਹੁੰਦਾ ਸੀਗਾ ਤੇ ਬਾਹਰ ਹੈ ਨਾ ਤੇ ਬੁੜੀਆਂ ਮੈਨੂੰ ਜਦੋਂ ਉਠਾਇਆ ਉਹਦੇ ਬਾਹਰ ਆਪਣੇ ਘਰ ਬੋਤਲਾਂ ਦੇ ਇੱਟਾਂ ਉੱਟਾਂ ਮਾਰਦੇ ਪਏ ਉਹਦੇ 'ਤੇ ਦੇਖ ਹੀ ਸਾਂ ਦੇਖ ਹੀ ਰਹੇ ਸਾਰਾ ਕੁਛ ਹੁਣ ਵੀ ਖਿਲਿਆ ਮਾਰਤੀ ਹੈ ਨਾ ਅਤੇ ਮੈਂ ਬਾਹਰ ਨਿਕਲਿਆ ਅਤੇ ਸਾਰੇ ਦੇਖੋ ਤੇ ਸਾਰੇ ਟੱਕ ਪਏ ਹੋਏ ਸਾਰਾ ਕੁਛ ਵੀ ਹੈ ਬਹੁਤ ਜ਼ਿਆਦਾ ਨੁਕਸਾਨ ਸਾਡੇ ਘਰ ਦਾ ਹੋਇਆ ਪਰ ਸਾਡੇ ਅੰਦਰ ਨਹੀਂ ਕੁਛ ਵੀ ਹੋਇਆ ਬਾਹਰ ਜੀ ਕੁੜੀ ਨੇ ਗੇਟ ਲਾ ਲਿਆ ਸੀਗਾ ਅਤੇ ਗੇਟ ਵਿੱਚ ਉਹਨਾਂ ਨੇ ਮਾਰਿਆ ਮੂਰਿਆ ਵੀ ਆ ਅਤੇ ਕੁਛ ਉਹਨਾਂ ਨੇ ਬੋਤਲਾਂ ਬਾਤਲਾਂ ਉਹਨਾਂ ਕੁਛ ਠੀਕ ਜਿਹਨੂੰ ਪ੍ਰਿੰਸ ਕਹਿੰਦੇ ਆ ਉਹ ਕੁਛ ਪ੍ਰੋਪਰਟੀ ਦਾ ਕੰਮ ਵੀ ਕਰਦਾ ਸੀ ਅਤੇ ਉਹ ਕਾਫੀ ਚਿਰ ਮੇਰੇ ਘਰ ਆਉਂਦਾ ਰਿਹਾ ਅਤੇ ਜਿਹਦੇ ਕਰਕੇ ਮੈਨੂੰ ਕਹਿੰਦਾ ਕਿ ਮੇਰੇ ਕੋਲ ਆਪਣੇ ਕੁਛ ਪਲਾਟਸ ਹੈਗੇ ਜਾਂ ਦੁਕਾਨਾਂ ਹੈਗੀਆਂ ਮੈਂ ਤੁਹਾਨੂੰ ਸੇਲ ਕਰ ਦਾਂਗਾ ਅਤੇ ਤੁਸੀਂ ਆਪਣੀ ਜੇ ਇਨਵੈਸਟਮੈਂਟ ਕਰਨੀ ਹੈ ਤਾਂ ਕਰ ਲਓ ਅਸੀਂ ਇਸ ਚੱਕਰ 'ਚ ਉਹਦੇ ਨਾਲ ਚਲੋ ਸਾਡੀ ਡੀਲ ਹੋਈ ਅਸੀਂ ਉਹਨੂੰ ਚੈੱਕ ਦੇ ਥਰੂ ਪੈਸੇ ਦੇ ਦਿੱਤੇ ਬਟ ਜਦੋਂ ਉਹਨੇ ਸਾਨੂੰ ਕਿਹਾ ਕਿ ਮੈਂ 10-15 ਦਿਨਾਂ 'ਚ ਤੁਹਾਨੂੰ ਮੈਂ ਤੁਹਾਡੀ ਰਸੀਦ ਦੇ ਦਾਂਗਾ ਜਾਂ ਤੁਹਾਡੀ ਮੈਂ ਰਜਿਸਟਰੀ ਕਰਾ ਕੇ ਦੇ ਦਾਂਗਾ ਆਪ ਹੀ ਤੁਹਾਨੂੰ ਜਾਣ ਦੀ ਲੋੜ ਵੀ ਨਹੀਂ ਅਤੇ ਅਸੀਂ ਚਲੋ ਰਿਸ਼ਤੇਦਾਰ ਹੋਣ ਕਰਕੇ ਉੱਤੇ ਥੋੜ੍ਹਾ ਜਿਹਾ ਵਿਸ਼ਵਾਸ ਕਰ ਲਿਆ ਅਤੇ ਅਸੀਂ ਪੇਮੈਂਟ ਪਰ ਉਹਨੂੰ ਚੈੱਕ ਥਰੂ ਉਹਦੇ ਅਕਾਊਂਟ ਪੇ ਕੀਤੀ ਸੀਗੀ ਮਨਦੀਪ ਸਿੰਘ ਦੇ ਨਾਂ ਦਾ ਚੈੱਕ ਦੀ ਤਾਂ ਜਦੋਂ 10 ਦਿਨ ਹੋਏ 15 ਦਿਨ ਹੋਏ ਮੈਂ 23 ਅਪ੍ਰੈਲ ਨੂੰ ਉਹਨੂੰ ਪੈਸੇ ਦਿੱਤੇ ਸੀ ਅੱਜ ਤੁਸੀਂ ਦੇਖ ਲਓ ਮਤਲਬ ਕਿ ਆਪਣੇ ਮਤਲਬ ਕਿ 15 ਜੁਲਾਈ ਹੋ ਗਈ ਆ ਅਤੇ ਤਕਰੀਬਨ 3 ਮਹੀਨੇ ਤੋਂ ਲਾਗੇ ਛਾਗੇ ਹੋ ਚੱਲਿਆ ਅਤੇ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਪੈਸੇ ਦਾ ਨਾ ਪਲਾਟ ਦਾ ਕੋਈ ਨਾਮੋ ਨਿਸ਼ਾਨ ਆ ਅਤੇ ਇਸੇ ਚੱਕਰ 'ਚ ਅਸੀਂ ਇਹਦੇ 2-4 ਵਾਰ ਘਰ ਵੀ ਜਾ ਕੇ ਆਏ ਹਾਂ ਅਤੇ ਉਸ ਚੱਕਰ 'ਚ ਅਸੀਂ ਇਹਦੇ ਘਰ ਗਏ ਅਤੇ ਇੱਕ ਦਿਨ ਅਸੀਂ ਘਰ ਜਾ ਕੇ ਬੈਠੇ ਆਏ ਸੀਗਾ ਇਹ ਅੱਜ ਪੈਸੇ ਲੈ ਕੇ ਜਾਣੇ ਜਾਂ ਸਾਨੂੰ ਚੈੱਕ ਦੇ ਦੇ ਜਾਂ ਸਾਨੂੰ ਪਲਾਟ ਦੇ ਦੇ ਅਤੇ ਉਸ ਚੱਕਰ 'ਚ ਇਹਨੇ ਉਸ ਦਿਨ ਵੀ ਸਾਡੇ 'ਤੇ ਦਾਤਰ ਨਾਲ ਹਮਲਾ ਕੀਤਾ ਅਤੇ ਜਿਸ ਤੋਂ ਅਸੀਂ ਆਪਣੇ ਆਪਣਾ ਬਚਾਅ ਕੀਤਾ ਉਹਦੇ ਮੇਰੇ ਵੱਡੇ ਭਰਾ ਸਾਹਿਬ ਮੇਰੇ ਤਾਏ ਦੇ ਲੜਕੇ ਮੇਰੇ ਨਾਲ ਸੀ ਸਰਦਾਰ ਹਰਵਿੰਦਰ ਸਿੰਘ ਜੀ ਉਹ ਵੀ ਮੇਰੇ ਨਾਲ ਸੀਗੇ ਅਤੇ ਇਹ ਦੋਨਾਂ ਭਰਾਵਾਂ ਨੇ ਸ਼ਰਾਬ ਪੀ ਕੇ ਅਤੇ ਸਾਡੀ ਐਕਟਿਵਾ ਦੇ ਵਿੱਚ ਐਕਟਿਵਾ ਮਰੀ ਰਾਤ ਨੂੰ 10:30 ਅਤੇ ਅਸੀਂ ਉਦੋਂ ਆਪਣੇ ਆਪ ਨੂੰ ਬੜਾ ਬਚਾਅ ਕੀਤਾ ਅਤੇ ਬਚਾਅ ਕਰਕੇ ਅਤੇ ਅਸੀਂ ਇਹਨਾਂ ਦਾ ਦਾਤਰ ਖੋ ਕੇ ਇਹਦੇ ਫਾਦਰ ਸਾਹਿਬ ਨੂੰ ਫੜਾ ਦਿੱਤਾ ਅਸੀਂ ਕਿਹਾ ਜੀ ਆਹ ਚੀਜ਼ ਕੰਮ ਗਲਤ ਹੋ ਰਿਹਾ ਅਤੇ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸੰਕੋਚਿਆ ਜਾਵੇ ਨਾ ਅਤੇ ਰਾਤੀ ਕੀ ਹੋਇਆ ਰਾਤੀ ਸਾਡੀ ਉਸੇ ਚੀਜ਼ ਨੂੰ ਲੈ ਕੇ ਅਤੇ ਫਿਰ ਜਦੋਂ ਸਾਡੀ ਇਹਦੀ ਪੁਰਾਣੀ ਇਹਨੇ ਸਾਡੇ 'ਤੇ ਦਾਤਰ ਦਾ ਵਾਰ ਕੀਤਾ ਸੀ ਅਸੀਂ ਪਰਿਵਾਰ 'ਚ ਆ ਕੇ ਗੱਲ ਕੀਤੀ ਉਹ ਕਹਿੰਦੇ ਇਸ ਕੇਸ ਦੇ ਖਿਲਾਫ਼ ਸਾਨੂੰ ਮਤਲਬ ਕਿ ਇੱਕ ਪੁਲਿਸ 'ਚ ਰਿਪੋਰਟ ਕੰਪਲੇਂਟ ਕਰਨੀ ਚਾਹੀਦੀ ਕਿ ਬੰਦੇ ਦਾ ਅੱਜ ਹੌਸਲਾ ਖੁੱਲ੍ਹ ਗਿਆ ਅਤੇ ਕੱਲ੍ਹ ਨੂੰ ਹੋਰ ਵੱਡੇ ਕੰਮ ਵੀ ਕਾਰਾ ਕਰ ਸਕਦਾ ਅਤੇ ਇਸ ਲਈ ਅਸੀਂ 8 ਨੰਬਰ ਚੌਂਕੀ ਦੇ ਵਿੱਚ ਉੱਥੇ ਜਾ ਕੇ ਦਰਖਾਸਤ ਦਿੱਤੀ ਆ ਅਤੇ ਇੱਕ ਅਸੀਂ ਕਮਿਸ਼ਨਰ ਆਫਿਸ ਦੇ ਵਿੱਚ ਵੀ ਇਹਦੀ ਫਰੋਡ ਦੀ ਵੀ ਕੀਤੀ ਆ ਕਿ ਸਾਡੇ ਕੋਲ ਚੈੱਕ ਲੈ ਕੇ ਅਤੇ ਸਾਨੂੰ ਜੋ ਬਣਦਾ ਸਾਡਾ ਪਲਾਟ ਦਾ ਸੀਗਾ ਉਹ ਸਾਨੂੰ ਹਜੇ ਤੱਕ ਇਹ 'ਚ ਕੁਛ ਨਹੀਂ ਪ੍ਰੋਵਾਈਡ ਕੀਤਾ ਇਹਦੀਆਂ ਰਿਕਾਰਡਿੰਗਸ ਸਾਰੀਆਂ ਮੇਰੇ ਕੋਲ ਅਵੇਲੇਬਲ ਆ ਕੋਈ ਵੀ ਇੱਦਾਂ ਦੀ ਚੀਜ਼ ਇਹ ਕਹਿ ਰਿਹਾ ਸੀ ਕਿ ਤੁਹਾਡੇ ਕੋਲ ਕਿਹਦਾ ਕੋਈ ਮੈਂ ਬਿਆਨਾ ਕੀਤਾ ਤੁਹਾਡੇ ਕੋਲ ਕੀ ਪ੍ਰੂਫ ਆ ਅਤੇ ਅਸੀਂ ਜਦੋਂ ਇਹਨੂੰ ਰਿਕਾਰਡਿੰਗਸ ਇਹਦੀਆਂ ਸੁਣਾਈਆਂ ਫਿਰ ਇਹ ਸਾਡੇ 'ਤੇ ਮਤਲਬ ਕਿ ਉਸ ਚੀਜ਼ ਨੂੰ ਲੈ ਕੇ ਅਤੇ ਸਾਡੇ 'ਤੇ ਹਾਵੀ ਹੋਣ ਨੂੰ ਫਿਰਦਾ ਰਿਹਾ ਕਿ ਮੈਂ ਕਿਸੇ ਤਰੀਕੇ ਇਹਨਾਂ ਨੂੰ ਡਰਾ ਧਮਕਾ ਕੇ ਅਤੇ ਇਹ ਕੇਸ ਨੂੰ ਖਤਮ ਕਰ ਦੇਵਾਂ ਅਤੇ ਕੱਲ੍ਹ ਦੇ ਦਿਨ ਦੇ ਵਿੱਚ ਸਾਡੀ ਜਦੋਂ ਇਹਨਾਂ ਦੇ ਦਾਤਰ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਉਦੋਂ ਤਾਂ ਅਸੀਂ ਇਹਨਾਂ ਨੂੰ ਪਰਿਵਾਰ ਦੇ ਨਾਲ ਬਾਈਕਾਟ ਕਰਨ ਦੀ ਗੱਲ ਕੀਤੀ ਸਾਰੇ ਸਾਡੇ ਜੋ ਸਾਡਾ ਪਰਿਵਾਰ ਹੈ ਨਾ ਪੂਰਾ ਵੱਡਾ ਸਾਡਾ ਚਾਚੇ ਤਾਇਆਂ ਦਾ ਅਸੀਂ ਕਹੇ ਕਿ ਅਸੀਂ ਇਹਨਾਂ ਨੂੰ ਆਪਣੀ ਕਿਸੇ ਵੀ ਫੰਕਸ਼ਨ 'ਚ ਨਾ ਬੁਲਾਉਣਾ ਅਤੇ ਨਾ ਇਹਨਾਂ ਦਾ ਅਸੀਂ ਜਾਣਾ ਅਤੇ ਮੇਰੇ ਛੋਟੇ ਭਰਾ ਦਾ ਵਿਆਹ ਸੀਗਾ ਅਤੇ 14 ਤਰੀਕ ਨੂੰ ਕੱਲ੍ਹ ਜਾਗੋ ਸੀ ਅਤੇ ਕੱਲ੍ਹ 16 ਤਰੀਕ ਦਾ ਵਿਆਹ ਆ ਅਤੇ ਅਸੀਂ ਸਿਰਫ ਇਹਦੇ ਫਾਦਰ ਸਾਹਿਬ ਨੂੰ ਸੱਦਿਆ ਸੀਗਾ ਅਸੀਂ ਕਿਹਾ ਭਾਅ ਜੀ ਤੁਹਾਡੀ ਸਾਡੇ ਨਾਲ ਕੋਈ ਨਹੀਂ ਗੱਲਬਾਤ ਹੈਗੀ ਬਟ ਅਸੀਂ ਤੁਹਾਡੇ ਬੱਚਿਆਂ ਨੂੰ ਨਹੀਂ ਬੁਲਾਉਣਾ ਇਹਨਾਂ ਨੂੰ ਅਤੇ ਇਹ ਉਸੇ ਰੰਜਿਸ਼ ਦੇ ਵਿੱਚ ਜਾ ਕੇ ਤਾਂ ਇਹਨਾਂ ਨੇ ਮਤਲਬ ਕਿ 1-2 ਪਿੰਡ 'ਚ ਹੋਰ ਬੰਦਿਆਂ ਨੂੰ ਵੀ ਇਹਨਾਂ ਨੇ ਇੱਦਾਂ ਕਿਹਾ ਕਿ ਮੈਂ ਇਹਨਾਂ ਦੀ ਜਾਗੋ ਮਤਲਬ ਕਿ ਇਹਨਾਂ ਦਾ ਡੀਜੇ ਨਹੀਂ ਮੈਂ ਲੱਗਣ ਦੇਣਾ ਮੈਂ ਜਾ ਕੇ ਇਹਨਾਂ ਦਾ ਪ੍ਰੋਗਰਾਮ ਖਰਾਬ ਕਰਨਾ ਹੀ ਕਰਨਾ ਇਹਦੇ ਮਨ 'ਚ ਪਹਿਲਾਂ ਹੀ ਪਲਾਨ ਸੀਗਾ ਅਤੇ ਉਸ ਚੱਕਰ ਦੇ ਵਿੱਚ ਇਹ ਇੱਥੇ ਆਇਆ ਅਤੇ ਆਪਣੇ ਇਹਨੇ ਜੋ ਇਹਨੇ ਮਤਲਬ ਕਿ ਇੱਥੇ ਆ ਕੇ ਹੁੱਲੜ ਪਾਉਣਾ ਸ਼ੁਰੂ ਕੀਤਾ ਸਾਡੇ ਕੋਲ ਰਿਕਾਰਡਿੰਗਸ ਵੀ ਇਹਦੀਆਂ ਵੀਡੀਓ ਵੀ ਬਣ ਚੁੱਕੀ ਇਹਦੇ ਵਿੱਚ ਹੀ ਵਿਆਹ ਦੀ ਮੂਵੀ ਦੇ ਜਿਹਦੇ 'ਚ ਇਹ ਡੀਜੇ ਵਾਲੇ ਦੇ ਡੈੱਕ ਦੇ ਉੱਪਰ ਵੀ ਨੱਚਦਾ ਪਿਆ ਅਤੇ ਅਸੀਂ ਵੀ ਪਰਿਵਾਰਕ ਮੈਂਬਰਾਂ ਨੂੰ ਵੀ ਇਤਰਾਜ਼ ਜ਼ਾਹਰ ਕੀਤਾ ਕਿ ਜਿੱਦ ਤੁਹਾਨੂੰ ਆਪਾਂ ਸੱਦਿਆ ਹੀ ਨਹੀਂ ਹੈਗਾ ਵਿਆਹ 'ਤੇ ਤੁਹਾਡਾ ਆਉਣ ਦਾ ਮਤਲਬ ਕੀ ਬਣਦਾ ਅਤੇ ਇੱਥੇ ਆ ਕੇ ਇੰਨੀ ਹੁੱਲੜਬਾਜ਼ੀ ਕਰਨ ਦਾ ਕੀ ਮਤਲਬ ਬਣਦਾ ਉਸ ਚੀਜ਼ ਨੂੰ ਇਹਨੇ ਥੋੜ੍ਹਾ ਜਿਹਾ ਸੋਚਿਆ ਕਿ ਮੇਰੀ ਬੇਇੱਜ਼ਤੀ ਕੀਤੀ ਆ ਅਤੇ ਇਹ ਬਾਅਦ ਵਿੱਚੋਂ ਜੀ ਇੱਥੇ ਹੋਰ ਵੀ ਸਾਡੇ ਯਾਰਾਂ ਦੋਸਤਾਂ ਨਾਲ ਵੀ ਲੜਦਾ ਰਿਹਾ ਉਹ ਸਾਹਮਣੇ ਸਰਦਾਰ ਸੁਰਿੰਦਰ ਸਿੰਘ ਰਮਤਾ ਜੀ ਦੇ ਦੋਨੋਂ ਬੇਟੇ ਆ ਉਹਨਾਂ ਨਾਲ ਇਹਦੀ ਥੋੜ੍ਹੀ ਖਹਿਬਾਜ਼ੀ ਹੋ ਗਈ ਇੱਥੇ ਬਹਿਸ ਵਸੀਆ ਹੋ ਗਿਆ ਫਿਰ 1:30 ਵਜੇ ਦੇ ਕਰੀਬ ਆਪਣੇ 15-16 ਦੋਸਤਾਂ ਦੇ ਨਾਲ ਜਿਨ੍ਹਾਂ ਨੇ ਮੂੰਹ 'ਤੇ ਕੱਪੜੇ ਲਪੇਟੇ ਸੀ ਉਹਨਾਂ ਨਾਲ ਲੈ ਕੇ ਆਇਆ ਇਹ 2 ਭਰਾ ਆਪ ਸੀਗੇ ਇੱਕ ਇਹਨਾਂ ਦਾ ਸਾਲਾ ਸੀਗਾ ਪਵਨ ਕੀ ਨਾਮ ਸੀ ਇਹਨਾਂ ਦਾ ਪਵਨ ਉਹਨਾਂ ਦਾ ਸੀ ਪਵਨਦੀਪ ਸਿੰਘ ਸੱਭਰਵਾਲ ਉਹ ਆਪਣੇ ਪ੍ਰੀਤਨਗਰ ਦੇ ਰਹਿਣ ਵਾਲੇ ਜੀ ਜਲੰਧਰ ਤੋਂ
वो नाल लैके तो 15-16 बंदे होर सीगे ते ये तकरीबन इन्होंने आके तो इत्थे वो पेट्रोल बंब सोडे दियां बोतलां होर तिखे तेज तार हथियारां नाल बहुत वार किया ते साडी भाबी जी दे भी नक्के दे उपर सट लग गई। एक साडे भाबी जी इत्थे साडे बहुत बजुर्ग ने साडे वड्डे भाबी जी आ वो दरवाज़ा खोल के तो इदा बाहर देखना आए तो एक चलती बोतल उन्होंने भी मूँह के वजी जो हजे हस्पताल के जेरे इलाज है ना तो उन्हों का इलाज चलता पाया उन्होंने भी बहुत सारे टांके लगे आ नक् की हड्डी फ्रैक्चर हो चुकी सिटी स्कैन उन्होंने अच्छे चलती पी आ तो इस दे बाबत असी भी थाना नंबर 8 फिर अच्छे दरखास्त दे के आए हैं सारी इन्हों की तो असी कहा कि सानू इन्हों बंद तो बचाओ ये मतलब कि दिन प्रतिदिन इन्हों का मतलब कि काम बढ़ता जा रहा तो असी तो डर के माहौल जी रहे इतने प्रशासन तो यही मंग आ कि एक तो साडा बनता जो बयाना असी इन्हों पैसे अपने दते ही चैक थ्रू जे तो वो भी सानू वापस दवाए जाए उस केस से भी कोई एड्डी तेज़ पैरवाई हो नहीं रही हैगी असी जाइदा जी अज करते हैं कल करते हैं अज करते हैं कल करते हैं उस पर भी कोई काम हो नहीं रहा बड़ी स्पीड के नाल तो फिर अज भी असी दे के गए हैं तो उन्होंने तो असी पुलिस को भी डिमांड की कि तुम एट द स्पॉट आके सारा सर्वे का करो अपना तुम फोटो कैप्चर हाँ पुलिस आई सी तो असी उन्होंने दिखाया कि आ देखो जी हुण किन्ना नुकसान करके गए साडे चलते फंक्शन के सारा विघन पाया उन्होंने है ना 11 बजे तो लैके उन्होंने 12:15 बजे तक इन्ना हुल्लड़ पाया फिर 1:30 बजे अपने 20-25 मित्रां दे नाल इत्थे आ के इन्ना इन्होंने गंद पाया गाली गलौज मतलब कि दातरां दे नाल तेज तार त्या सारे बंदे मतलब मूँह ते रुमाल बन्ने हुए आ ते साडे को उन्होंने CCTV फुटेज कित एक तरीके नाल रिकॉर्ड हो गई आ ते उस चीज़ के दोनों भरा साफ साफ देखे जा सकते बाकी सानू इन्हां दे बंदिया का नहीं पता इन्हां नूं पता होएगा कि कि बंदे नाल लैके आए सी उन्होंने मूँह ते मास्क नाल अपने आप कवर किया होया सी रेरू लड़ाई की मामला की हैगा जी रेरू पिंड जिहड़ा इन्हां दा आपस विच झगड़ा होया सीगा ते इन्हां नूं कोई ब्याह शादी का समागम सीगा ते इन्हूं जिहड़ा दरखास्त इन्हां दी लै लई आ ते वेरीफाई करके जिहड़ी अगली कार्रवाई होणी है तो सर जिदा उत्तर सुना चाहिए कि पेट्रोल पंप वगैरह भी एक दूजे के सुटे गए नहीं इदा की जी गल कोई भी तफ्तीक सामने नहीं आई है तो जे कोई इदा की गल सामने आई है तो अगली कार्रवाई जी अमल में ली जाएगी।